इतने ही जानी दे।
Go ahead.
जे सुख दे तुझे आराधी
ਮਰਜ਼ੀ ਮਾਡਲ ਬਣਾ ਸਕਦਾ ਮਾਡਲ ਨੂੰ ਤੋੜ ਵੀ ਸਕਦਾ ਹੈ ਤੋੜ ਕੇ ਫਿਰ ਬਣਾ ਵੀ ਸਕਦਾ ਹੈ ਪਰ ਕਿਰਤ ਵਿੱਚ ਇਹ ਸ਼ਕਤੀ ਨਹੀਂ ਮੇਰਾ ਮਾਲਿਕ ਫੁੱਲ ਬਣਾਉਂਦਾ ਹੈ ਫੁੱਲਾਂ ਵਿੱਚ ਰੰਗ ਭਰ ਦਿੰਦਾ ਹੈ ਖੁਸ਼ਬੂ ਭਰ ਦਿੰਦਾ ਹੈ ਪਰ ਇੱਕ ਖਿਆਲ ਕਰਿਓ ਫੁੱਲ ਖਿੜਦੇ ਨੇ ਆਪਣੇ ਰੰਗ ਦੀ ਚਹਿਲ ਪਹਿਲ ਵੰਡਦੇ ਨੇ ਆਪਣੇ ਅੰਦਰ ਸਿਰਜਣਹਾਰ ਵੱਲੋਂ ਰੱਖੀਆਂ ਹੋਈਆਂ ਖੁਸ਼ਬੂਆਂ ਵਿਖਾਰਦੇ ਨੇ ਪਰ ਇੱਕ ਖਿਆਲ ਕਰਿਓ ਕਿਸੇ ਫੁੱਲ ਵਿੱਚ ਇਹ ਸ਼ਕਤੀ ਨਹੀਂ ਕਿ ਆਪਣਾ ਰੰਗ ਆਪਣੀ ਮਰਜ਼ੀ ਨਾਲ ਬਦਲ ਲਏ ਆਪਣੀ ਖੁਸ਼ਬੂ ਆਪਣੀ ਮਰਜ਼ੀ ਨਾਲ ਚੇਂਜ ਕਰ ਲਏ ਗੁਲਾਬ ਵਿੱਚੋਂ ਗੇਂਦੇ ਦੀ ਖੁਸ਼ਬੂ ਨਹੀਂ ਆਉਂਦੀ ਕਿਸੇ ਕਲੀ ਵਿੱਚੋਂ ਗੁਲਾਬ ਦੀ ਖੁਸ਼ਬੂ ਨਹੀਂ ਆਉਂਦੀ ਕਿਉਂਕਿ ਕਿਰਤ ਹੈ ਨਾ ਕਰਤਾ ਨਹੀਂ ਉਹਦੀ ਆਪਣੀ ਕੁਛ ਵੀ ਮਰਜ਼ੀ ਕਿਰਤ ਦੀ ਕਦੀ ਨਹੀਂ ਹੁੰਦੀ ਅਸੀਂ ਕਿਰਤ ਹਾਂ ਬਸ ਇੱਥੇ ਖਲੋਣਾ ਕਰਤੇ ਨਹੀਂ ਜਿਸ ਦਿਨ ਸਾਨੂੰ ਇਹ ਵਿਸ਼ਵਾਸ ਹੋ ਜਾਏਗਾ ਨਾ ਅਸੀਂ ਕਿਰਤ ਹਾਂ ਕਰਤਾ ਕੋਈ ਹੋਰ ਹੈ ਭਗਤ ਰਾਮਦੇਵ ਜੀ ਆਪਣੀ ਆਖਿਆ ਨਾ ਕਹਿਣ ਲੱਗੇ ਦਰਿਆਓ ਤੂੰ ਦਹਿੰਦ ਤੂੰ ਬਿਸਿਆਰ ਤੂੰ ਧਣੀ ਕਹਿਣ ਲੱਗੇ ਇਸੇ ਲਈ ਤੇਰੇ ਹੱਥ ਵਿੱਚ ਹੈ ਦੇਹੇ ਲੇਹੇ ਭਾਵੇਂ ਕੋਈ ਚੀਜ਼ ਦੇ ਭਾਵੇਂ ਲੈ ਲੈ
ਕਿਹੜੇ ਬਸ ਵਿੱਚ ਹੈ। ਤੂੰ ਦੇ ਵੀ ਸਕਣਾ ਲੈ ਵੀ ਸਕਣਾ, ਸਤਿਗੁਰ ਬਾਣੀ ਵਿੱਚ ਆਖਿਆ ਬਾਲਕ ਮਰੇ ਪੁੱਤਰ ਵਿਛੜ ਜਾਏ ਤੇ ਮਾਂ ਰੋਂਦੀ ਹੈ ਤੇ ਰੋਂਦੀ ਹੈ ਉਹਦੇ ਬਚਪਨ ਦੀਆਂ ਲੀਲਾ ਜਿਹੜੀਆਂ ਉਹਨੇ ਵੇਖੀਆਂ ਨੇ ਉਹਨਾਂ ਨੂੰ ਯਾਦ ਕਰ ਕਰ ਰੋਂਦੀ। ਅੱਜ ਦਾ ਕੁਦਰਤ ਬਾਬਾ ਕਬੀਰ ਜੀ ਦਾ ਲੜੀਵਾਰ ਸ਼ਬਦ ਹੀ ਐਸਾ ਹੈ, ਮੈਂ ਕੋਈ ਬਦਲਿਆ ਨਹੀਂ, ਉਸ ਲੜੀ ਵਿੱਚ ਚੱਲ ਰਹੇ ਸ਼ਬਦ ਨਾਲ ਤੁਹਾਨੂੰ ਜੋੜਨਾ ਚਾਹੁੰਦਾ। ਰੋਂਦੀ ਹੈ ਬੱਚੇ ਦੀ ਲੀਲਾ ਯਾਦ ਕਰ ਕਰਕੇ। ਗੁਰੂ ਨੇ ਆਖਿਆ ਕਹਿਣ ਲੱਗੇ ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ, ਇਹ ਕਹਿ ਕਹਿ ਕੇ ਰੋਂਦੀ ਹੈ ਮੇਰਾ ਬੱਚਾ ਬੜਾ ਰੰਗੀਲਾ ਸੀ, ਬੜੇ ਚੰਗੇ ਸਵਾਲ ਬੜੀ ਚੱਲ ਪਰ ਬੜਾ ਖੁਸ਼ ਰੁਣਾ ਸੀ, ਜਦੋਂ ਘਰ ਦੇ ਵਿਹੜੇ ਵੜਦਾ ਸੀ ਖੁਸ਼ੀਆਂ ਵਿਖਾਰ ਦਿੰਦਾ ਸੀ, ਅਤੇ ਜੋ ਜੀਵਨ ਦੇ ਹਿੱਸੇ ਨੂੰ ਉਹਨੇ ਮਾਣਿਆ ਉਹਨੂੰ ਯਾਦ ਕਰਨਾ। ਬਾਣੀ ਅੰਦਰ ਹਰ ਇੱਕ ਚੀਜ਼ ਦਾ ਦ੍ਰਿਸ਼ ਰੱਖਿਆ। ਗੁਰੂ ਕਹਿੰਦੇ ਨੇ ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ। ਪਰ ਇੱਕ ਗੱਲ ਨਹੀਂ ਸਮਝਦੀ, ਜਿਸ ਕਾ ਸਾ ਸੋਤ ਨਹੀਂ ਲਿਆ। ਮੇਰੀ ਮਰਜ਼ੀ ਨਾਲ ਨਹੀਂ ਆਇਆ, ਜੇ ਮੇਰੀ ਮਰਜ਼ੀ ਨਾਲ ਸੰਤਾਨ ਆਉਂਦੀ ਹੋਵੇ ਦੁਨੀਆਂ ਅੰਦਰ ਕੋਈ ਨਿਪੁੱਤਾ ਰਹੇ ਹੀ ਨਾ। ਜੇ ਸਾਡੀ ਮਰਜ਼ੀ ਨਾਲ ਸੰਤਾਨ ਮਿਲਦੀ ਹੋਵੇ ਪੁੱਤਰ ਧੀਆਂ ਮਿਲਦਾ, ਬੜੇ ਗਲਤ ਲੋਕ ਨੇ ਜਿਹੜੇ ਕਹਿੰਦੇ ਨੇ ਮੈਂ ਤੈਨੂੰ ਪੁੱਤਰ ਦੇਣਾ, ਸਾਨੂੰ ਮਹਾਤਮਾ ਦੇ ਭੇਖ ਵਿੱਚ ਸਾਨੂੰ ਮਗਰ ਲਾ ਲੈਂਦੇ ਨੇ, ਫਲਾਣੀ ਥਾਂ ਤੋਂ ਤੈਨੂੰ ਪੁੱਤਰ ਮਿਲ ਜਾਏਗਾ, ਕਹਿੰਦੇ ਨੇ ਨਹੀਂ, ਜੇ ਆਪਣੀ ਮਰਜ਼ੀ ਨਾਲ ਜਾਂ ਕਿਸੇ ਦੀ ਮਰਜ਼ੀ ਨਾਲ ਪੁੱਤਰ ਮਿਲਦੇ ਹੋਣ ਤਾਂ ਦੁਨੀਆਂ ਅੰਦਰ ਕੋਈ ਨਿਪੁੱਤਾ ਨਾ ਰਹੇ। ਬੜੇ ਨੇ ਸੰਸਾਰ ਵਿੱਚ ਜਿਹੜੇ ਇਸ ਗਨੀਮਤ ਨੂੰ ਤਰਸਦੇ ਹੀ ਨੇ, ਕਹਿਣ ਲੱਗੇ ਉਹ ਕਰਤਾ ਹੈ ਤੇ ਦਿੰਦਾ ਤਾਂ ਹੀ ਮਿਲਦਾ। ਬਰਨਾਮਦੇਵ ਜੀ ਦਾ ਸ਼ਬਦ ਆਇਆ ਸੀ ਦਰਿਆਓ ਤੋਂ ਦਹਿੰਦ ਤੂੰ ਵਿਸਿਆਰ ਤੂੰ ਧਨੀ ਦੇਹੇ ਲਿਹੇ ਏਕ ਤੂੰ, ਇੱਕੋ ਤੂੰ ਹੀ ਤੇ ਹੈ ਜਿਹੜਾ ਦੇ ਵੀ ਸਕਣਾ ਲੈ ਵੀ ਸਕਣਾ, ਕਿਉਂਕਿ ਕਰਤਾ ਹੈ ਦੇਹੇ ਲਿਹੇ ਏਕ ਤੂੰ, ਦਿਗਰ ਕੋ ਨਹੀਂ ਕੋਈ ਹੋਰ ਦੂਜਾ ਨਹੀਂ ਜਿਹਦੇ ਹੱਥ ਇਹ ਸ਼ਕਤੀ ਹੋਵੇ ਕਿ ਤੇਰੇ ਕੋਲੋਂ ਕੋਈ ਤੈਨੂੰ ਚੀਜ਼ ਦੇ ਦੇਵੇ ਤੇ ਲੈ ਲੈ। ਸਿਰਫ ਮਨ ਦਾ ਇੱਕ ਵਿਸ਼ਵਾਸ ਹੈ ਕਿ ਮਨੁੱਖ ਉਸਨੂੰ ਕਰਤਾ ਜਾਣੇ ਆਪਣੇ ਆਪ ਨੂੰ ਕਿਰਤ ਸਮਝੇ। ਆਹ ਜਿਹੜੇ ਲਫ਼ਜ਼ ਆਏ ਨੇ ਇਹ ਬੜੇ ਸੋਚਣ ਵਾਲੇ ਨੇ। ਕਹਿੰਦੇ ਨੇ ਮਾਲਿਕ ਤੂੰ ਸ਼ਰਮ ਦਾ ਰਾਜਾ ਹੈ, ਸ਼ਰਮ ਕਹਿੰਦੇ ਨੇ ਕਰਮ, ਕੁਛ ਕੰਮ ਕੀਤਾ ਸ਼ਰਮ ਧਾਰਨਾ ਕੀਤੀ, ਲਫ਼ਜ਼ ਕਈ ਥਾਵਾਂ ਤੇ ਆਇਆ, ਮੈਂ ਲਫ਼ਜ਼ ਦੇ ਅਰਥ ਸਪਸ਼ਟ ਕਰਦੇ ਹਾਂ ਕਿ ਸ਼ਰਮ ਕਰਤੇ ਦਮ ਆਡ ਕੋ ਤੇ ਗਣੀ ਧਰੀਤਾ, ਜਿਹੜੇ ਅੱਧੇ ਅੱਧੇ ਦਮੜੇ ਪਿੱਛੇ ਦਿਨ ਰਾਤ ਸ਼ਰਮ ਕਰਦੇ ਸਨ, ਘਰ ਨਾ ਘਰ ਕਿਰਤ ਕਰਦੇ ਸਨ, ਕੋਈ ਕਰਨਾ ਚਾਹੁੰਦੇ ਸਨ ਉਹ ਸ਼ਰਮ ਦਾ, ਤੇ ਉਹ ਮਾਲਕ ਕਰਦਾ ਹੈ ਇਸ ਲਈ ਸਭ ਤੋਂ ਵੱਡਾ ਹੀ ਸ਼ਰਮ ਕਰਮ ਜਿਹੜਾ ਹੈ ਉਹਦੇ ਹੱਥ ਵਿੱਚ ਹੈ। ਮੈਂ ਤਾਂ ਕਈ ਵਾਰ ਇਸ ਲਈ ਕਹਿੰਦਾ ਆਪਾਂ ਕਈ ਭੁਲੇਖਿਆਂ ਵਿੱਚ ਪੈ ਜਾਂਦੇ ਹਾਂ,
ਕਿਸੇ ਦੇਵਤੇ ਨੂੰ ਰੱਬ ਨਾਲੋਂ ਵੱਖਰਾ ਕਰਕੇ ਪੂਜਣ ਲੱਗ ਪਏ ਤੇ ਉਹਦਾ ਨਾਂ ਰੱਖ ਦਿੱਤਾ ਵਿਸ਼ਵਕਰਮਾ, ਵਿਸ਼ਵਕਰਮਾ ਦੇਵਤਾ। ਵਿਸ਼ਵ ਦਾ ਅਰਥ ਹੈ ਸੰਸਾਰ, ਦੁਨੀਆਂ, ਦੁਨੀਆਂ ਨੂੰ ਵਿਸ਼ਵ ਆਖਦੇ। ਜਿਹੜਾ ਸੰਸਾਰ ਦੀ ਕਿਰਤ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਕਿਸੇ ਮੂਰਤੀ ਵਾਲੇ, ਕਿਸੇ ਦੇਹਧਾਰੀ ਦੇਵਤੇ ਦਾ ਨਾਂ ਨਹੀਂ, ਅਕਾਲ ਪੁਰਖ ਦਾ ਨਾਂ ਹੀ ਵਿਸ਼ਵਕਰਮਾ ਹੈ। ਉਹ ਕਿਉਂਕਿ ਵਿਸ਼ਵ ਦੇ ਸਾਰੇ ਕਰਮ ਉਹਦੇ ਹੱਥ ਵਿੱਚ ਨੇ, ਉਹਦੇ ਬਿਨਾਂ ਕੁਛ ਨਹੀਂ ਹੁੰਦਾ। ਦੇਹ ਦਰਿਆਓ ਤੂੰ, ਦਹਿੰਦ ਤੂੰ, ਬਿਸਿਆਰ ਤੂੰ ਧਣੀ, ਦੇਹ ਲੇਹ ਏਕ ਤੂੰ, ਦਿਗਰ ਕੋ ਨਹੀਂ, ਕੋਈ ਦੂਜਾ ਵਿਸ਼ਵਕਰਮਾ ਨਹੀਂ ਹੋ ਸਕਦਾ। ਕਹਿੰਦੇ ਨੇ ਇਹ ਸ਼ਰਮ ਦੇ ਰਾਜੇ ਸਾਰੇ ਕਰਮਾਂ ਦੇ, ਹਰ ਤਰ੍ਹਾਂ ਦੇ ਕਸਬ ਦਾ ਮਾਲਕ ਤੂੰ ਹੈ, ਮੈਂ ਤੇਰੀ ਗਤੀ ਕਿਵੇਂ ਜਾਣਾ, ਤੂੰ ਕੀ ਕਰ ਰਿਹਾ ਹੈ, ਕੀ ਕਰਨਾ ਚਾਹੁੰਦਾ ਹੈ। ਤੇਰੇ ਇੱਡਾ ਕੋਈ ਉੱਚਾ ਹੋਵੇ ਤਾਂ ਤੈਨੂੰ ਜਾਣੇ। ਗੁਰੂ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਮ, ਏਵਡ ਉੱਚਾ ਹੋਵੇ ਕੋਈ, ਕਿਸ ਉੱਚੇ ਕੋ ਜਾਣੇ ਸੋਏ। ਕੋਈ ਰੱਬ ਵਰਗਾ ਹੋਵੇ ਤਾਂ ਰੱਬ ਨੂੰ ਜਾਣੇ, ਕੀ ਪਤਾ ਉਹ ਕੀ ਕਰ ਰਿਹਾ, ਕੀ ਉਹਦੀ ਮਰਜ਼ੀ ਹੈ। ਜੇ ਸਾਡੀ ਮਰਜ਼ੀ ਉਹਦੇ ਤੇ ਚੱਲਦੀ ਹੋਵੇ ਤਾਂ ਵਿਸ਼ਵਾਸ ਕਰੋ, ਜਿਹੜੇ ਦਿਨ ਤੁਸੀਂ ਅੱਜ ਮਨਾ ਰਹੇ ਹੋ, ਜਿਸ ਬੱਚੇ ਦੀ ਯਾਦ ਮਨਾ ਰਹੇ, ਕੌਣ ਮਾਂ ਬਾਪ ਹੈ ਜਿਹੜਾ ਰੱਬ ਦਾ ਹੱਥ ਨਾ ਫੜ ਲਏ, ਆਖੇ ਮੈਂ ਤੈਨੂੰ ਇਹ ਕੁਝ ਨਹੀਂ ਕਰਨ ਦੇਣਾ, ਜੇ ਉਹਦੇ ਕੋਲ ਹੱਥ ਫੜਨ ਦੀ ਸ਼ਕਤੀ ਹੋਵੇ। ਰੱਬ ਦਾ ਹੱਥ ਕੌਣ ਫੜੇ, ਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਮੈਂ ਦੇਖਦਾ ਕੀ ਆ, ਕੇਲ ਕਰੇ ਦੇ ਅੱਜ ਨੂੰ ਅਚੰਤੇ ਬਾਜ ਪਏ, ਖੁਸ਼ੀਆਂ ਨਾਲ ਗਿਆ, ਖੁਸ਼ੀਆਂ ਨਾਲ ਮਾਂ ਬਾਪ ਕੋਲੋਂ ਵਿਛੜਿਆ। ਅਗਲੀ ਲਾਈਨ ਵਿੱਚ ਇੱਕ ਫੈਸਲਾ ਦੇ ਦਿੱਤੋ ਨੇ, ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਹੱਥ ਨੂੰ ਅਚਿੰਤੇ ਬਾਜ ਪਏ। ਪਰ ਨਾਲ ਇੱਕ ਫੈਸਲਾ ਕਹਿਣ ਲੱਗੇ, ਮਤ ਸਮਝੇ ਕਿਸੇ ਦੁਨੀਆਂ ਦੇ ਐਸੀ ਸ਼ਕਤੀ ਨੇ ਕੁਝ ਕਰਨਾ ਹੈ ਜੋ ਤੇਰੇ ਹੱਥ ਵਿੱਚ ਹੋਵੇ। ਕਹਿਣ ਲੱਗੇ ਨਹੀਂ, ਬਾਜ ਪਏ ਇਸ ਰੱਬ ਦੇ। ਅਗਲੀ ਲਾਈਨ ਨੂੰ ਫੈਸਲਾ ਕੀਤਾ, ਅਗਲੇ ਸਲੋਕ ਵਿੱਚ ਬਾਜ ਪਏ ਇਸ ਰੱਬ ਦੇ, ਕੇਲਾਂ ਵੀ ਸਰੀਆਂ, ਖੁਸ਼ੀਆਂ ਬਦਲ ਗਈਆਂ ਬਹਿਣਾ ਵਿੱਚ, ਹਾਸੇ ਬਦਲ ਗਏ ਰੋਣੇ ਵਿੱਚ। ਕਿਉਂ? ਕਿਉਂਕਿ ਜੋ ਮਨ ਚਿੱਤ ਨਾ ਚੇਤੇ ਸਨ, ਜਿਹੜੀ ਗੱਲ ਕਦੀ ਕੰਨ ਚੇਤੇ ਸੋਚੀ ਵੀ ਨਹੀਂ ਜਾ ਸਕਦੀ ਸੀ ਕਿ ਆਹ ਕੁਝ ਹੋ ਜਾਣਾ, ਜੋ ਮਨ ਚਿੱਤ ਨਾ ਚੇਤੇ ਸਨ, ਸੋ ਗੱਲ ਹੀ ਉਹ ਗੱਲਾਂ ਰੱਬ ਵੱਲੋਂ ਹੋ ਗਈਆਂ। ਉਹਦਾ ਹੱਥ ਕੌਣ ਫੜੇ? ਹੁਣ ਆ ਸਾਰਾ ਸ਼ਬਦ ਇਸੇ ਗੱਲ ਦੀ ਇੱਕ ਐਗਜ਼ਾਮਪਲ ਹੈ। ਕਹਿਣ ਲੱਗੇ ਕਈ ਕੰਮ ਐਸੇ ਨੇ ਜਿਹੜੇ ਅਣਹੋਣੇ ਹੋ ਜਾਂਦੇ ਨੇ, ਜੋ ਮਨ ਚਿੱਤ ਨਾ ਸੋਚੇ ਤੇ ਸਨ। ਕਈ ਕੰਮ ਐਸੇ ਨੇ ਸਾਡੇ ਜੀਵਨ ਵਿੱਚ ਅਸੀਂ ਵੇਖਦੇ ਹਾਂ ਕਿ ਇਹ ਕੁਝ ਕਿਵੇਂ ਹੋ ਗਿਆ, ਪਰ ਗੁਰੂ ਇੱਕ ਖਿਆਲ ਦਿੰਦੇ ਨੇ, ਮੈਂ ਤੇਰੇ ਸੰਤ ਜਨਾਂ, ਤੇਰੇ ਭਗਤ ਜਨਾਂ, ਤੇਰੇ ਨਾਲ ਸੰਬੰਧ ਰੱਖਣ ਵਾਲੇ, ਤੇਰੇ ਨਾਲ ਜੁੜੇ ਹੋਏ ਮਨੁੱਖਾਂ ਦੇ ਅੰਦਰ ਦੀ ਦਸ਼ਾ ਇੱਕ ਵੱਖਰੀ ਹੈ ਜਿਹੜੀ ਸਮਝਾਉਣਾ ਚਾਹੁੰਦਾ। ਉਹ ਤੇਰੇ ਬਣ ਚੁੱਕੇ ਨੇ ਨਾ, ਇਸ ਲਈ ਕਦੇ ਤੇਰੇ ਸਾਹਮਣੇ ਸਵਾਲ ਨਹੀਂ ਕਰਦੇ। ਸ਼ਿਕਵਾ, ਸ਼ੰਕਾ, ਉਲਾਂਭਾ, ਕਹਿੰਦੇ ਨੇ ਭਗਤ ਜਨ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਹੋਰ ਦਿੱਤਾ ਨੇ ਨਾਨਕ ਭਗਤਾਂ ਸਦਾ ਵਿਕਾਸ, ਕਿਉਂ ਖੁਸ਼ ਰਹਿੰਦੇ ਹੋ? ਕਹਿੰਦੇ ਨੇ ਮਾਲਕ ਜਿਵੇਂ ਤੂੰ ਰੱਖੇ ਮੈਂ ਉਹਦੇ ਚ ਖੁਸ਼ ਹਾਂ। ਬਸ
ਕਹਿਣ ਲੱਗੇ ਇੱਕ ਬੜੀ ਮਹਾਨ ਅਵਸਥਾ ਹੈ ਜਿਹੜੀ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ, ਗੁਰੂ ਐਸੇ ਦੁੱਖਾਂ ਵਿੱਚੋਂ ਨਿਕਲਣ ਲਈ, ਐਸੀਆਂ ਕਲਪਨਾਵਾਂ ਅਤੇ ਪਰੇਸ਼ਾਨੀਆਂ ਵਿੱਚੋਂ ਦਿਲ ਨੂੰ ਵੱਡਾ ਕਰਨ ਲਈ ਇੱਕ ਸਹਾਰਾ ਦਿੰਦਾ ਹੈ ਸਤਿਗੁਰੂ ਸ੍ਰੀ ਗੋਬਿੰਦ ਸਾਹਿਬ। ਤੇ ਕਹਿੰਦਾ ਭਗਤ ਜਨ ਵਿਗਾਸ ਵਿੱਚ ਕਿਉਂ ਰਹਿੰਦੇ ਨੇ, ਕਿਉਂ ਰਹਿੰਦੇ ਨੇ? ਇਸ ਲਈ ਕਿਉਂਕਿ ਉਹ ਮਾਲਕ ਨੂੰ ਇੱਕ ਗੱਲ ਆਖਦੇ ਨੇ, ਮੈਂ ਤੈਨੂੰ ਉਲੰਭਾ ਜਾਂ ਤੇਰੇ ਤੇ ਸ਼ਿਕਵਾ ਜਾਂ ਤੇਰੇ ਤੇ ਸਵਾਲ ਤਾਂ ਕਰਾਂ ਜੇ ਮੈਨੂੰ ਤੇਰੇ ਹੁਕਮ ਵਿੱਚ ਰਹਿਣ ਦੀ ਆਦਤ ਨਾ ਹੋਵੇ। ਫਿਰ ਤਾਂ ਮੈਂ ਪੁੱਛਾਂ ਆ ਕੰਮ ਤੂੰ ਕਿਉਂ ਕੀਤਾ, ਫਿਰ ਤਾਂ ਮੈਂ ਪੁੱਛਾਂ ਇਹ ਕੰਮ ਤੂੰ ਕਿਵੇਂ ਕੀਤਾ, ਮੈਨੂੰ ਜਾਣਨ ਦੀ ਕੀ ਲੋੜ ਹੈ, ਕਰਨ ਵਾਲਾ ਤੂੰ ਹੈ, ਮੇਰੇ ਕੋਲ ਤਾਂ ਕੁਝ ਹੋਰ ਹੀ ਨਹੀਂ। ਆਪਣੇ ਤੋਂ ਕਾਈ ਸੀ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਰੱਬ ਨੇ ਸੰਬੰਧ ਪੈਦਾ ਕੀਤੇ, ਰੱਬ ਨੇ ਪੁੱਤਰ ਧੀਆਂ ਦਿੱਤੇ, ਉਸੇ ਨੇ ਰਿਸ਼ਤੇ ਪੈਦਾ ਕੀਤੀ। ਜਨਮ ਤੋਂ ਪਹਿਲਾਂ ਪਤਾ ਸੀ ਮੇਰਾ ਪੁੱਤਰ ਹੈ ਕਿ ਮੇਰੀ ਧੀ ਹੈ, ਜਦੋਂ ਜਨਮ ਲਿਆ ਉਸ ਤੋਂ ਬਾਅਦ ਹੀ ਪਤਾ ਲੱਗਾ ਨਾ ਮੇਰਾ ਇਹਦਾ ਰਿਸ਼ਤਾ ਕੀ ਹੈ, ਮੈਂ ਇਹਦੀ ਮਾਂ, ਮੈਂ ਇਹਦਾ ਪਿਤਾ, ਇਹ ਮੇਰਾ ਪੁੱਤਰ ਹੈ। ਇਹ ਰਿਸ਼ਤਾ ਜਨਮ ਤੋਂ ਬਾਅਦ ਬਣਿਆ। ਤੇ ਭੇਜਿਆ ਕਿੰਨੇ, ਜਨਮ ਦਿੱਤਾ ਕਿੰਨੇ, ਇਹਨਾਂ ਵਿੱਚੋਂ ਤੇਰੇ ਵੱਸ ਨਹੀਂ। ਕਹਿਣ ਲੱਗੇ ਮਾਈ ਬਾਪ ਪੁੱਤਰ ਸਭ ਹਾਰ ਕੇ ਕੀਏ, ਸਭਨਾ ਕੋ ਸੰਬੰਧ ਹਾਰ ਕਰ ਦੀਏ। ਕਹਿਣ ਲੱਗੇ ਹਮਰਾ ਜੋਰ ਸਭ ਰਹੋ ਮੇਰੇ ਵੀਰ। ਇਹ ਭਰਾਵਾ, ਵੀਰ ਦਾ ਮਤਲਬ ਭਰਾ, ਵੀਰ ਭਰਾਵਾ, ਮੇਰਾ ਜੋਰ ਇੱਥੇ ਕੁਝ ਨਹੀਂ ਚੱਲਦਾ ਕਿ ਮੈਂ ਆਪਣੀ ਮਰਜ਼ੀ ਦੇ ਕਿਸੇ ਪਿਆਰੇ ਨੂੰ ਆਪਣੀ ਗਲਵੱਕੜੀ ਵਿੱਚ ਹਮੇਸ਼ਾ ਲਈ ਰੱਖ ਸਕਾਂ। ਹਮਰਾ ਜੋਰ ਸਭ ਰਹੋ ਮੇਰੇ ਵੀਰ, ਮੇਰੀ ਤਾਕਤ ਸਾਰੀ ਇਸ ਵੇਲੇ ਸਰੰਡਰ ਹੋ ਗਈ। ਕਿਉਂ? ਕਿਉਂਕਿ ਹਰ ਕਾ ਤਨ ਮਨ ਸਭ ਹਰ ਕੇ ਵਾਸ ਹੈ ਸ੍ਰੀ। ਮੇਰਾ ਤਨ ਵੀ, ਮੇਰਾ ਮਨ ਵੀ, ਮੇਰਾ ਸਰੀਰ ਵੀ, ਜਿਹਨੇ ਕਰਤੇ ਨੇ ਪੈਦਾ ਕੀਤਾ, ਮੈਂ ਤਾਂ ਕਿਰ ਤਾਂ ਕੁਛ ਨਹੀਂ ਕਰ ਸਕਿਆ, ਨਾ ਕਰ ਸਕਣਾ। ਹਾਂ, ਉਹ ਸਮਰੱਥ ਹੈ ਜੋ ਕੁਝ ਵੀ ਕਰੇ, ਮੈਂ ਉਹਦੇ ਸਾਹਮਣੇ ਸ਼ੁਕਰਾਨਾ ਕਰਾਂ, ਇਹੋ ਹੀ ਭਗਤ ਜਨ ਦੀ ਨਿਸ਼ਾਨੀ ਹੈ। ਕਹਿਣ ਲੱਗੇ ਮੈਂ ਦੇਖਦਾ ਤੀ ਹਾਂ ਕਈ ਵਾਰ ਅਣਹੋਣੀਆਂ ਚੀਜ਼ਾਂ ਵਾਪਰਦੀਆਂ ਨੇ, ਜਿਹਨਾਂ ਨੂੰ ਵੇਖ ਕੇ ਸਾਡੇ ਤੁਹਾਡੇ ਮਨ ਅੰਦਰ ਤਾਂ ਸਵਾਲ ਪੈਦਾ ਹੋ ਸਕਦੇ ਨੇ, ਭਗਤ ਜਨ ਰੱਬ ਨਾਲ ਜੁੜੇ ਹੋਏ ਮਨੁੱਖ ਦੇ ਹਿਰਦੇ ਵਿੱਚ ਸਵਾਲ ਨਹੀਂ ਪੈਦਾ ਹੁੰਦੇ। ਗੁਰੂ ਕਹਿੰਦੇ ਨੇ ਮੈਂ ਦੇਖਦਾ ਕਿ ਹੱਸਦੋ ਜਾਏ ਸੁਰੋਵਤ ਆਵੇ। ਕਈ ਵਾਰ ਐਸਾ ਵੇਖਿਆ ਹੱਸਦੇ ਹੋਏ ਖੇਡਦੇ ਹੋਏ ਜਾਂਦੇ ਨੇ, ਰੋਂਦੇ ਵਾਪਸ ਮੁੜਦੇ ਨੇ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੇ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬੱਸੇ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ। ਸਾਰਾ ਕੁਝ ਤਾਂ ਉਹਦੇ ਵੱਸ ਵਿੱਚ ਹੈ, ਉਹ ਜੋ ਚਾਹੇ ਕਰ ਸਕਦਾ, ਧਰਤੀ ਉੱਪਰ ਤੇ ਅਸਮਾਨ ਤਲੇ ਕਰ ਸਕਦਾ। ਜੇ ਕਿਸੇ ਜਲ ਵਾਲੇ ਸਾਗਰ ਨੂੰ, ਜਲ ਦੇ ਭਰੇ ਹੋਏ ਸਾਗਰ ਸਮੁੰਦਰ ਨੂੰ ਪਾਣੀ ਦੀ ਸਤਾ ਦੇ ਉੱਪਰ ਧਰਤੀ ਖੜੀ ਕਰ ਸਕਦਾ, ਕਰ ਸਕਦਾ ਉਹਦੀ ਮਰਜ਼ੀ। ਵੈਸੇ ਤੁਸੀਂ ਪਾਣੀ ਦੀ ਸਤਾ ਤੇ ਮਿੱਟੀ ਦਾ ਟੁਕੜਾ ਰੱਖੋ, ਗਲ ਜਾਂਦਾ, ਗਲ ਜਾਂਦਾ, ਸਾਰੀ ਧਰਤੀ ਪਾਣੀ ਦੀ ਸਤਾ ਤੇ ਖੜੀ, ਸਾਰੀ ਧਰਤੀ ਦੇ ਥੱਲੇ ਪਾਣੀ। ਇਹ ਕਿੰਦੀ ਰਹਿਮਤ, ਕਿੰਦਾ ਹੁਕਮ ਹੈ, ਜਿੰਦੇ ਹੁਕਮ ਦਾ ਸਦਕਾ ਸਾਰੀ ਧਰਤੀ ਦੇ ਥੱਲੇ ਪਾਣੀ ਹੋਣ ਦੇ ਬਾਵਜੂਦ ਨਾ ਇਹ ਧਰਤੀ ਡੁੱਬਦੀ ਹੈ ਪਾਣੀ ਵਿੱਚ, ਨਾ ਇਹ ਗਲਦੀ ਹੈ ਮਿੱਟੀ। ਮਿੱਟੀ ਨੂੰ ਪਾਣੀ ਵਿੱਚ ਰੱਖ ਕੇ ਵੇਖ ਲਓ, ਡੁੱਬ ਜਾਏਗੀ, ਗਲ ਜਾਏਗੀ। ਕਹਿਣ ਲੱਗੇ ਸਭ ਕੋ ਤੇਰੇ ਵੱਸ, ਹਾਜੀ ਹੋ ਸਭ ਕੋ ਤੇਰੇ ਵੱਸ, ਅਸਾਂ ਜ਼ੋਰ ਨਾ ਹੀ
ਜੇ ਕੁਛ ਕਰ ਹਮ ਸਾਕੇ ਜਿਉਂ ਭਾਵੇ ਤੇਰੇ ਬਖਸ਼ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਰਹੀ ਰਹੀ ਜਾਏ। ਕਹਿਣ ਲੱਗੇ ਧਰਤੀ ਤੇ ਪਾਣੀ ਦਾ ਆਪਸੀ ਕੈਸਾ ਅਜੀਬ ਸੰਬੰਧ ਬਣਾ ਦਿੱਤਾ, ਕਦੇ ਧਰਤੀ ਭਾਵ ਮਿੱਟੀ ਪਾਣੀ ਵਿੱਚ ਸਾਬਤ ਨਹੀਂ ਰਹਿ ਸਕਦੀ, ਪਰ ਸਦੀਆਂ ਯੁਗਾਂ ਤੋਂ ਇਹ ਸਰ ਧਰਤੀ ਜਿਹੜੀ ਹੈ ਮਿੱਟੀ ਰੂਪ ਪਾਣੀ ਦੀ ਸਤਾ ਤੇ ਬੈਠੀ। ਫਿਰ ਕਹਿਣ ਲੱਗੇ ਅੱਗ ਤੇ ਕਾਸ਼ਟ ਦਾ, ਕਾਸ਼ਟ ਕਹਿੰਦੇ ਨੇ ਲੱਕੜੀ ਨੂੰ, ਲੱਕੜੀ ਦਾ ਤੇ ਅੱਗ ਦਾ ਕੀ ਮੇਲ ਹੈ? ਅੱਗ ਵਿੱਚ ਲੱਕੜੀ ਰੱਖਦੇ ਹੋ ਜਲੇਗੀ, ਅੱਗ ਵਿੱਚ ਲੱਕੜੀ ਰੱਖਦੇ ਹੋ ਜਲ ਜਾਏਗੀ, ਖਤਮ ਹੋ ਜਾਏਗੀ, ਨਹੀਂ ਨਹੀਂ ਟਿਕ ਸਕੇਗੀ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਇੱਕ ਥਾਂ ਤੇ ਨਹੀਂ ਅਨੇਕਾਂ ਥਾਵਾਂ ਤੇ ਆਖਿਆ। ਕਹਿਣ ਲੱਗੀਏ ਜੇ ਬਾਲਣ ਬਹੁਤ ਸਾਰਾ ਪਾ ਦਿਓ ਅੱਗ ਵਿੱਚ, ਕਦੀ ਅੱਗ ਰਚਦੀ ਹੈ ਵੀ ਚਲੋ ਹੁਣ ਹੋਰ ਬਾਲਣ ਨਾ ਪਾਓ। ਜਿੰਨਾ ਬਾਲਣ ਪਾਈ ਜਾਓ ਓਨੀ ਹੀ ਅੱਗ ਹੋਰ ਮੱਚਦੀ। ਕਹਿਣ ਲੱਗੀ ਕਿੱਡੀ ਅਜੀਬ ਗੱਲ ਹੈ, ਜਿਸ ਅੱਗ ਨੇ ਜਿਸ ਕਾਸ਼ਟ ਨੂੰ ਲੱਕੜ ਨੂੰ ਖਤਮ ਕਰਨਾ ਜਲਾਣਾ, ਜੇ ਲੱਕੜ ਨੂੰ ਖਤਰਾ ਹੈ ਤਾਂ ਅੱਗ ਕੋਲੋਂ ਹੈ, ਪਾਣੀ ਕੋਲੋਂ ਨਹੀਂ। ਪਾਣੀ ਵਿੱਚ ਤਾਂ ਲੱਕੜ ਡੁੱਬਦੀ ਨਹੀਂ, ਪਾਣੀ ਦੀਆਂ ਕਿਸ਼ਤੀਆਂ ਬਣਦੀਆਂ ਨੇ, ਪਾਣੀ ਦੀਆਂ ਬੇੜੀਆਂ ਬਣਦੀਆਂ ਨੇ, ਪਾਣੀ ਦੇ ਤੁਰੇ ਬਣਦੇ ਨੇ, ਲੱਕੜ ਦੇ ਤੁਰੇ ਬਣਦੇ ਨੇ, ਲੱਕੜ ਦੀਆਂ ਬੇੜੀਆਂ ਬਣਦੀਆਂ ਨੇ, ਕਿਸ਼ਤੀਆਂ ਬਣਦੀਆਂ ਨੇ, ਪਾਣੀ ਦੀ ਸਤ੍ਹਾ ਤੇ ਚੱਲਦੀਆਂ ਨੇ, ਡੁੱਬਦੀਆਂ ਹੀ ਨਹੀਂ। ਭਾਈ ਗੁਰਦਾਸ ਜੀ ਨੇ ਵੀ ਆਖਿਆ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੇ, ਪਾਣੀ ਕਾਠ ਨੂੰ ਨਹੀਂ ਡੁੱਬਦਾ, ਨਹੀਂ ਡੁੱਬਦਾ। ਕਿਉਂ ਨਹੀਂ ਡੁੱਬਦਾ? ਕਹਿੰਦਾ ਮੈਂ ਹੀ ਤਾਂ ਇਹਨੂੰ ਪਾਲਿਆ, ਕਿਉਂਕਿ ਲੱਕੜ ਜਿੰਨੀ, ਦਰਖਤ ਜਿੰਨੇ ਪੈਦਾ ਹੁੰਦੇ ਨੇ ਪਾਣੀ ਦੇਈਦਾ ਉਹਨਾਂ ਨੂੰ, ਤਾਂ ਹੀ ਬੰਦੇ ਫੁੱਲਦੇ। ਭਾਈ ਸਾਹਿਬ ਨੇ ਬੜਾ ਡੀਪਲੀ ਖਿਆਲ ਦਿੱਤਾ, ਕਹਿਣ ਲੱਗੇ ਪਾਣੀ ਕਾਠ ਨਾ ਡੁੱਬਈ ਪਾਲੇ ਦੀ ਲੱਜੇ। ਲੱਜ ਹੈ ਉਹਨੇ ਪਾਲਿਆ, ਉਹ ਕਹਿੰਦਾ ਮੈਂ ਜਿਹਨੂੰ ਪਾਲਿਆ ਹੁਣ ਕਿਵੇਂ ਡੋਬਦੇ ਹਾਂ। ਇਸ ਲਈ ਕਾਠ ਲੱਕੜੀ ਪਾਣੀ ਵਿੱਚ ਨਹੀਂ ਡੁੱਬਦੀ, ਉਹਨੂੰ ਕੋਈ ਖਤਰਾ ਨਹੀਂ ਪਾਣੀ ਦੀ ਸਤ੍ਹਾ ਤੇ। ਜੇ ਉਹਨੂੰ ਖਤਰਾ ਹੈ ਤਾਂ ਕਿਹੜੀ ਅਜੀਬ ਗੱਲ ਹੈ, ਉਹਨੂੰ ਖਤਰਾ ਅੱਗ ਕੋਲੋਂ ਹੈ, ਲੱਕੜ ਨੂੰ ਅੱਗ ਕੋਲੋਂ ਖਤਰਾ ਹੈ, ਉਹਨੇ ਜਲਾ ਦੇਣਾ ਹੈ। ਪਰ ਕਿਹੜੀ ਅਜੀਬ ਗੱਲ ਹੈ, ਗੁਰੂ ਨੇ ਬਾਣੀ ਵੀ ਚੱਕ ਦਿੱਤਾ। ਕਹਿਣ ਲੱਗੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੇ। ਕਹਿਣ ਲੱਗੇ ਜਿਸ ਅੱਗ ਕੋਲੋਂ ਖਤਰਾ ਸੀ ਲੱਕੜ ਨੂੰ, ਮੇਰਾ ਮਾਲਕ ਧਨ ਹੈ, ਉਹਦੀ ਸ਼ਕਤੀ ਧਨ, ਅਜੀਬ ਕਿਸਮ ਦੀ ਉਹਦੀ ਸ਼ਕਤੀ ਹੈ, ਉਹਨੇ ਉਹ ਸਾਰੀ ਅੱਗ ਲੱਕੜ ਦੇ ਵਿੱਚ ਰੱਖ ਦਿੱਤੀ ਹੈ। ਲੱਕੜ ਵਿੱਚ ਅੱਗ, ਗੁਰੂ ਨੇ ਬਾਣੀ ਵਿੱਚ ਇੱਕ ਥਾਂ ਤੇ ਨਹੀਂ ਆਖਿਆ, ਕਈ ਥਾਵਾਂ ਤੇ ਆਖਿਆ। ਕਹਿਣ ਲੱਗੇ ਸਗਲ ਬਨਸਪਤ ਮੈਂ ਬੈਸੰਤਰ, ਬਨਸਪਤ ਦਾ ਮਤਲਬ ਲੱਕੜੀਆਂ, ਬਨਸਪਤੀ ਬੈਸੰਤਰ ਮਤਲਬ ਅੱਗ। ਲੱਕੜੀ ਕਿਸੇ ਕਿਸਮ ਦੀ ਹੋਵੇ, ਚੰਦਨ ਦੀ ਲੱਕੜੀ ਨੂੰ ਸਭ ਤੋਂ ਠੰਡਾ ਮੰਨਿਆ ਜਾਂਦਾ, ਪਰ ਕੀ ਚੰਦਨ ਦੀ ਲੱਕੜੀ ਨੂੰ ਅੱਗ ਨਹੀਂ ਲੱਗਦੀ? ਹਰ ਲੱਕੜ ਵਿੱਚ ਅੱਗ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਉੱਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀਆ। ਸਾਰੀ ਲੱਕੜ ਦੇ ਅੰਦਰ ਅੱਗ ਹੈ, ਹਾਲਾਂਕਿ ਲੱਕੜ ਨੂੰ ਅੱਗ ਤੋਂ ਹੀ ਸਭ ਤੋਂ ਜ਼ਿਆਦਾ ਖਤਰਾ ਹੈ। ਧੰਨ ਹੈ ਉਹ ਮਾਲਿਕ ਜਿਹਨੇ ਉਹਦੀ ਮੌਤ, ਉਹਦਾ ਖਤਰਾ ਜਿਹੜਾ ਉਹਦੇ ਅੰਦਰ ਰੱਖ ਦਿੱਤਾ ਹੈ। ਪਰ ਜੇ ਭਲਾ ਆਪੇ ਹੀ ਅੱਗ ਲੱਗਦੀ ਹੋਵੇ ਲੱਕੜ ਵਿੱਚੋਂ, ਤੇ ਫਿਰ ਤਾਂ ਦੁਨੀਆਂ ਘਰ ਆਪਣੇ ਸਾਰੇ ਲੱਕੜਾਂ ਦੇ ਨੇ। ਪਰ ਨਹੀਂ, ਉਹਨੇ ਲੱਕੜ ਦੇ ਅੰਦਰ ਅੱਗ ਰੱਖ ਕੇ, ਅੰਦਰ ਰੱਖ ਕੇ ਫਿਰ ਉਹਨੂੰ ਕੰਟਰੋਲ ਕੀਤਾ ਹੈ। ਜਿੰਨੀ ਦੇਰ ਕੋਈ ਗਲਤੀ ਨਾਲ ਅੱਗ ਨਾ ਲਾਏ ਘਰ ਨੂੰ ਅੱਗ ਨਹੀਂ ਲੱਗਦੀ, ਭਾਵੇਂ ਸਾਰਾ ਲੱਕੜ ਦਾ ਬਣਿਆ ਹੋਵੇ। ਕਹਿਣ ਲੱਗੇ ਹੇ ਮੇਰੇ ਮਾਲਿਕ ਤੂੰ ਧੰਨ ਹੈ ਜਿਹਨੇ ਹਰ ਅਣਹੋਣੀ ਚੀਜ਼ ਨੂੰ ਹੋਣੀ ਵਿੱਚ ਬਦਲ ਦਿੱਤਾ ਹੈ। ਪਰ ਕਿਉਂਕਿ ਤੂੰ ਕਰਤਾ ਹੈ ਨਾ, ਤੂੰ ਕਰਤਾ ਹੈ, ਅਸੀਂ ਕਿਰਤ,
ਉਹ ਸ਼ਕਤੀ ਸਾਡੇ ਕੋਲ ਨਹੀਂ ਕਿ ਤੇਰਾ ਹੱਥ ਫੜ ਸਕੀਏ, ਕਿਉਂਕਿ ਅਸੀਂ ਕਰਦੇ ਨੇ। ਸਾਡਾ ਕੰਮ ਹੈ ਅਸੀਂ ਤੇਰੇ ਸਾਹਮਣੇ ਸਿਰ ਚੁਕਾਈਏ, ਆਖੀਏ ਜੀ ਤੇਰੇ ਹੱਥ ਸਭ ਕੁਛ ਹੈ, ਤੂੰ ਜੋ ਚਾਹੇ ਕਰ ਸਕਣਾ। ਤੇਰਾ ਹੱਥ ਨਾ ਅੱਗੇ ਕਿਸੇ ਨੇ ਫੜਿਆ ਤੇ ਨਾ ਹੁਣ ਫੜ ਸਕਦਾ। ਮੈਂ ਤਾਂ ਤੇਰੀ ਗਤੀ ਨੂੰ, ਤੇਰੀ ਮਿੱਤੀ ਨੂੰ ਜਾਣ ਹੀ ਨਹੀਂ ਸਕਦਾ ਕਿ ਤੂੰ ਕਿੱਡਾ ਮਹਾਨ ਹੈ। ਜਿਸ ਮਹਾਨਤਾ ਦਾ ਮਾਲਕ, ਜਿਸ ਸ਼ਕਤੀਆਂ ਦਾ ਮਾਲਕ ਤੂੰ ਹੈ, ਮੇਰੇ ਲਈ ਉਹ ਜਾਣਨਾ ਵੀ ਮੁਸ਼ਕਲ ਹੈ। ਤੂੰ ਜੋ ਚਾਹੇ ਕਰ ਸਕਣਾ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ, ਕਰਬੋ ਪੰਡਿਤ ਤੇ ਮੁਗਧਾਰੀ, ਨਾਲੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ। ਅਖੀਰ ਤੇ ਕਹਿੰਦੇ ਕਾ ਕਬੀਰ ਸਾਧੂ ਕੋ ਪ੍ਰੀਤਮ, ਸਾਧੂ ਦਾ ਪਿਆਰਾ ਪ੍ਰੀਤਮ ਪਿਆਰਾ ਹੈ। ਕਿਉਂ ਹੈ? ਕਿਉਂਕਿ ਉਹ ਤੇਰੇ ਕੰਮਾਂ ਵਿੱਚ ਦਖਲ ਨਹੀਂ ਦਿੰਦਾ, ਤੇਰੇ ਸਾਹਮਣੇ ਸਿਰ ਝੁਕਾਉਂਦਾ ਹੈ, ਤੇਰੇ ਹੁਕਮ ਵਿੱਚ ਰਹਿਣ ਦਾ ਆਦੀ ਹੋ ਗਿਆ। ਬਸ ਸਿੱਖ ਲਈ ਇੱਕੋ ਹੀ ਇੱਕ ਸੰਦੇਸ਼ ਹੈ ਕਿ ਹਰ ਦੁੱਖ ਸੁੱਖ ਸਮੇਂ ਮਾਲਕ ਦੇ ਹੁਕਮ ਵਿੱਚ ਰਹਿਣ ਦਾ ਆਦੀ ਹੋਣਾ, ਆਦਤ ਬਣਾਉਣੀ। ਇਹ ਹੈ ਸਾਧੂ ਕੇ ਪ੍ਰੀਤਮ ਦੀ ਨਿਸ਼ਾਨੀ ਕਹਿਣ ਲੱਗੇ। ਕੁਛ ਵੀ ਕਰਦਾ ਆਪਣੀ ਰਜ਼ਾ ਵਿੱਚ ਕਰਦਾ। ਸਾਨੂੰ ਤੇ ਧੀਰਜ ਇੱਕੋ ਗੱਲ ਨਾਲ ਹੀ ਮਿਲ ਸਕਦਾ ਹੈ ਕਿ ਅਸੀਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਸੁਭਾਅ ਬਣਾ ਲਈਏ। ਹੋਰ ਕੋਈ ਸਾਧਨ ਨਹੀਂ। ਮੈਂ ਤਾਂ ਇੱਕ ਵਾਰ ਕੀਤੀ ਸੀ, ਸਿੱਖ ਦੇ ਜੀਵਨ ਦਾ ਦਰਿਆ ਦੋ ਕਿਨਾਰਿਆਂ ਵਿੱਚ ਵਗਦਾ। ਕਿਨਾਰੇ ਇੱਕ ਵੀ ਟੁੱਟ ਜਾਏ ਨਾ, ਦਰਿਆ ਸਾਬਤ ਨਹੀਂ ਰਹਿੰਦਾ, ਹੜ੍ਹ ਬਣ ਜਾਂਦਾ।
ਉਹਦੇ ਦੋਨੋਂ ਕਿਨਾਰੇ ਸਾਬਤ ਹੋਣੇ ਚਾਹੀਦੇ ਨੇ। ਤੇ ਦੋਨੋਂ ਕਿਨਾਰੇ ਕੀ ਨੇ? ਰਹਿਮਤ ਤੇ ਰਜ਼ਾ। ਜੇ ਕੁਛ ਮਿਲ ਗਿਆ ਤਾਂ ਆਖੇ ਜੀ ਤੇਰੀ ਰਹਿਮਤ, ਤੂੰ ਦਿੱਤਾ। ਜੇ ਕੁਛ ਮਿਲ ਜਾਏ ਤਾਂ ਤੇਰੀ ਰਹਿਮਤ, ਤੂੰ ਦਿੱਤਾ। ਜੇ ਕੁਛ ਚਲਾ ਜਾਏ ਤੇ ਆਖ ਜੀ ਤੇਰੀ ਰਜ਼ਾ, ਤੂੰ ਆਪਣੀ ਮਰਜ਼ੀ ਕਰ। ਬਸ ਰਹਿਮਤ ਤੇ ਰਜ਼ਾ ਵਿੱਚ ਰਹਿਣਾ ਹੀ ਸਿੱਖੀ ਜੀਵਨ ਦੇ ਦਰਿਆ ਦੀ ਸੁਰੱਖਿਆ ਹੈ। ਇਹਨਾਂ ਸ਼ਬਦਾਂ ਨਾਲ ਕਿਵਾਂਦਾ ਜਾ ਚਿਖਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।